ਤੋ ਤੁਸੀਂ ਗੋਲ ਦੀ ਸਾਰਿਆਂ ਨੂੰ ਜਨੂਲ ਪੰਜਾਬ ਵੈਦਰ ਤੇ ਸਵਾਗਤ ਹੈ ਤੁਹਾਡਾ ਸਭ ਦਾ ਅੱਜ 29 ਅਗਸਤ ਰਾਤ ਦੇ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਕਿ ਅੱਜ ਦੇਰ ਸ਼ਾਮ ਤੋਂ ਲੈ ਕੇ ਕੱਲ ਸਵੇਰ ਤੱਕ ਕੀ ਮੌਸਮੀ ਗਤੀਵਿਧੀਆਂ ਹੋਣ ਦੇ आसार ਨੇ ਪਹਿਲਾਂ ਗੱਲ ਕਰਦੇ ਆਂ ਅੱਧੀ ਰਾਤ ਤੱਕ ਦੇ ਮੌਸਮ ਦੀ ਤਾਂ ਇਸ ਦੇ ਵਿੱਚ ਆਪਾਂ ਨੂੰ ਪੰਜਾਬ ਦੇ ਜਿਹੜੇ ਕੁਝ ਪੱਛਮੀ ਸਰਹੱਦੀ ਖੇਤਰ ਖਾਸ ਤੌਰ ਤੇ ਮਾਝੇ ਦੇ ਇਲਾਕੇ ਹੋਣਗੇ ਤਾਂ ਉਹਨਾਂ ਦੇ ਵਿੱਚ ਬੱਦਲਬਾਈ ਗਰਜ ਚਮਕ ਤੇ ਮੀਂਹ ਦੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਹਲਕੇ ਤੋਂ ਲੈ ਕੇ ਦਰਮਿਆਨੇ ਪੱਧਰ ਦੇ ਇਸ ਦੇ ਵਿੱਚ ਅਮਰਸਰ ਦੇ ਭਾਗ ਹੋਣਗੇ ਨਾਲ ਲੱਗਦੇ ਗੁਰਦਾਸਪੁਰ ਦੇ ਇਲਾਕੇ ਤੇ ਪਠਾਨਕੋਟ ਦੇ ਉਤੇ ਕੁਝ ਭਾਗ ਇਹਦੇ ਵਿੱਚ ਹੁਸ਼ਿਆਰਪੁਰ ਦੇ ਸ਼ਾਮਲ ਹੋ ਸਕਦੇ ਨੇ ਜਿਹੜੇ ਕਿ ਗੁਰਦਾਸਪੁਰ ਤੇ ਪਠਾਨਕੋਟ ਦੇ ਨੇੜੇ ਪੈਂਦੇ ਨੇ ਸੋ ਇਹਨਾਂ ਭਾਗਾਂ ਦੇ ਵਿੱਚ ਬੱਦਲਬਾਈ ਗਰਜ ਚਮਕ ਹਲਕੇ ਦਰਮਿਆਨੀਆਂ ਮੀਂਹ ਦੀਆਂ ਬਾਰਸ਼ਾਂ ਇੱਕ ਦੋ ਭਾਗਾਂ ਵਿੱਚ ਹੋ ਸਕਦਾ ਹੈ ਕਿ ਥੋੜਾ ਜਿਹਾ ਤੇਜ਼ ਛਰਟੇਦਾਰ ਮੀਂਹ ਵੀ ਦੇਖਣ ਨੂੰ ਮਿਲ ਸਕ ਤਾਕ ਤੇ ਇਹਨਾਂ ਭਾਗਾਂ ਵਿੱਚ ਮੌਸਮੀ ਗਤੀਵਿਧੀਆਂ ਦੇਖਣ ਨੂੰ ਮਿਲਣਗੀਆਂ ਉਸ ਤੋਂ ਬਿਨਾਂ ਬਾਕੀ ਪੰਜਾਬ ਦੇ ਜਿਹੜੇ ਮੌਸਮ ਆ ਜਿਹੜਾ ਜਿਆਦਾਤਰ ਸਾਫ਼ ਅਤੇ ਠੀਕ ਠਾਕ ਬਣਿਆ ਰਹੂਗਾ ਖੁਸ਼ਕ ਹਵਾਵਾਂ ਦੀ ਜਿਹੜੀ ਦਿਸ਼ਾ ਉਹ ਅੱਜ ਰਾਤ ਦੇ ਸਮੇਂ ਪੂਰਬ ਦਿਖਣ ਨੂੰ ਦਿਸ਼ਾ ਤੋਰ ਰਹੀਗੀ ਹਵਾਵਾਂ ਹਲਕੀਆਂ ਹੀ ਚੱਲਣਗੀਆਂ ਤੇ ਅੱਧੀ ਰਾਤ ਤੋਂ ਬਾਅਦ ਪੰਜਾਬ ਦੇ ਜਿਹੜੇ ਕੁਝ ਪੱਛਮੀ ਸਰਹੱਦੀ ਖੇਤਰ ਹੋਣਗੇ ਜਿਵੇਂ ਤਰਨਤਾਰਨ ਸਾਹਿਬ ਦੇ ਇਲਾਕੇ ਹੋ ਕੇ ਫਿਰੋਜ਼ਪੁਰ ਦੇ ਜਾਂ ਫਾਜ਼ਿਲਕਾ ਦੇ ਸੋ ਇਨ੍ਹਾਂ ਭਾਗਾਂ ਦੇ ਕੁਝ ਭਾਗਾਂ ਦੇ ਵਿੱਚ ਆਪਾਂ ਨੂੰ ਹਲਕੀ ਟੁੱਟਵੇਂ ਬੱਦਲਬਾਈ ਦੇਖਣ ਨੂੰ ਮਿਲ ਸਕਦੀ ਹੈ ਸਵੇਰ ਦੇ ਸਮੇਂ ਤੱਕ ਤੇ ਇੱਕ ਦੋ ਭਾਗਾਂ ਵਿੱਚ ਹੋ ਸਕਦਾ ਹੈ ਕਿ ਕੁਝ ਹਲਕਾ ਫੁਲਕਾ ਮੀਂਹ ਪੈ ਸਕਦਾ ਹੈ ਕੁਝ ਮੌਸਮੀ ਗਤੀਵਿਧੀਆਂ ਥੋੜੀ-ਬਹੁਤ ਇਨ੍ਹਾਂ ਭਾਗਾਂ ਵਿੱਚ ਦੇਖਣ ਨੂੰ ਮਿਲ ਸਕਦੀਆਂ ਨੇ ਤੇ ਅਜਿਹਾ ਹੀ ਹਲਚਲ ਕੁਝ ਮੱਧ ਪੰਜਾਬ ਦੇ ਇਲਾਕਿਆਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਟੁੱਟਵੇਂ ਰੂਪ ਵਿੱਚ ਪੈਚੀ ਰੂਪ ਵਿੱਚ ਕਹਿਣ ਦਾ ਭਾਵ ਹੈ ਕਿ ਜ਼ਿਲ੍ਹੇ ਦੇ ਕੁਝ ਇੱਕ ਦ ਹੁਣ ਜਿਹੜੇ ਅਸਾਰ ਨੇ ਉਹ ਕਾਫੀ ਜ਼ਿਆਦਾ ਕੱਟਨੇ ਆ ਤੇ ਇਸ ਤੋਂ ਬਿਨਾ ਬਾਕੀ ਦੱਖਣੀ ਪੂਰਬੀ ਇਲਾਕੇ ਹੋਣਗੇ ਜੋ ਫਿਲਹਾਲ ਉਹ ਖੁਸ਼ਕ ਤੇ ਸਾਫ ਬਣੇ ਰਹਣਗੇ ਕੁਝ ਹਲਕੀ ਟੁੱਟਮੀ ਬੱਦਲਬਾਈ ਜ਼ਰੂਰ ਆਪਾਂ ਨੂੰ ਪੰਜਾਬ ਦੇ ਦੱਖਣੀ ਭਾਗ ਜਿਹੜੇ ਹਰਿਆਣੇ ਦੇ ਨੇੜੇ ਉਹਨਾਂ ਵਿੱਚ ਦੇਖਣ ਨੂੰ ਮਿਲ ਸਕਦੀ ਹੈ ਇੱਕ ਦੋ ਲੱਖਾਂ ਵਿੱਚ ਹਲਕੇ ਫੁਲਕੇ ਛਿਟਿਆਂ ਤੋਂ ਇਨਕਾਰ ਵੀ ਨਹੀਂ ਕਰ ਸਕਦੇ ਪਰ ਕੋਈ ਜ਼ਿਆਦਾ ਮੀਂਹ ਦੇ ਅਸਾਰ ਨਹੀਂ ਹੋਣਗੇ